ਹੋਟਲ ਨਹੀਂ ਹੈਗਾ, ਇਹ ਹੈਗਾ ਰੱਬ ਦਾ ਘਰ। ਕਹਿੰਦੇ ਜਿੱਥੇ ਸਾਰੀ ਜ਼ਿੰਦਗੀ ਕਮਾ ਕੇ ਜਦੋਂ ਬੰਦੇ ਦੀ ਮ੍ਰਿਤਯੂ ਹੋ ਜਾਂਦੀ ਹੈ ਤਾਂ ਉਹ ਬੰਦਾ ਸ਼ਮਸ਼ਾਨ ਘਾਟ ਆਉਂਦਾ। ਕਿਉਂਕਿ ਵੀਰ ਜੀ ਦੇ ਨਾਮ 'ਤੇ ਮੜੀਆਂ ਹੈ। ਵੀਰ ਜੀ ਆਪ ਬੜੇ ਸੋਸ਼ਲ ਵਰਕਰ ਸੀਗੇ, ਉਹਨਾਂ ਦੀ ਬਦੌਲਤ ਉਹਨਾਂ ਦੀ ਦੇਣ ਹੈ। ਕੈਮਰੇ ਵੀ ਲੱਗੇ ਹੋਏ, ਬਾਕੀ ਸਟਾਫ 24 ਆਵਰ ਵਾਲਾ ਸਟਾਫ ਵੀ ਹੈਗਾ, ਚੌਕੀਦਾਰ ਵੀ ਹੈਗੇ, ਰਾਤ ਦੇ ਚੌਕੀਦਾਰ ਵੀ ਹੈਗੇ। ਸਵੇਰੇ ਲੋਕ ਆ ਕੇ ਉਰੇ ਸੈਰ ਕਰਦੇ ਹੈ, ਮੱਥਾ ਟੇਕਦੇ ਆ। ਮਹਾਂਕਾਲ ਦਾ ਦੁਆਰ ਹੈ, ਮਹਾਂਕਾਲ ਦੇ ਇਸ ਤੋਂ ਵੱਡਾ ਦਾ ਮੰਦਰ ਗੁਰਦੁਆਰਾ ਹੋ ਨਹੀਂ ਸਕਦਾ। ਪੂਰੇ ਰੀਤੀ ਰਿਵਾਜ਼ ਦੇ ਨਾਲ ਜੋ ਵੀ ਸਿਸਟਮ ਹੈਗਾ, ਅਸੀਂ ਉੱਥੇ ਜਾ ਕੇ ਪੰਡਤ ਨੂੰ ਕਰਕੇ ਅਤੇ ਉਹਨਾਂ ਦੇ ਜਲ ਪ੍ਰਵਾਹ ਕਰਦੇ ਹਾਂ ਅਸੀਂ ਹਰਿਦੁਆਰ ਨੂੰ ਜਾ ਕੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ, ਮੈਂ ਹਾਂ ਚਰਨਜੀਤ ਜੋਸ਼ੀ। ਇਹ ਕੋਈ ਰੈਸਟੋਰੈਂਟ ਨਹੀਂ ਹੈਗਾ ਜਿਹੜੀ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਰਹੇ ਹੋ, ਜਾਂ ਕੋਈ ਇਹ ਹੋਟਲ ਨਹੀਂ ਹੈਗਾ, ਇਹ ਹੈਗਾ ਰੱਬ ਦਾ ਘਰ। ਕਹਿੰਦੇ ਜਿੱਥੇ ਸਾਰੀ ਜ਼ਿੰਦਗੀ ਕਮਾ ਕੇ ਜਦੋਂ ਬੰਦੇ ਦੀ ਮ੍ਰਿਤਯੂ ਹੋ ਜਾਂਦੀ ਹੈ ਤਾਂ ਉਹ ਬੰਦਾ ਸ਼ਮਸ਼ਾਨ ਘਾਟ ਆਉਂਦਾ। ਇਹ ਜਿਹੜੀ ਤਸਵੀਰ ਹੈਗੀ ਹੈ ਤੁਸੀਂ ਦੇਖ ਰਹੇ ਹੋ, ਇਹ ਹੈਗਾ ਪਟਿਆਲੇ ਦਾ ਸ਼ਮਸ਼ਾਨ ਘਾਟ ਅਤੇ ਉਹਨਾਂ ਦਾ ਵੇਟਿੰਗ ਰੂਮ, ਜਿਹੜੀ ਕਿ ਅੱਜ ਤੱਕ ਪੰਜਾਬ 'ਚ ਬਹੁਤ ਘੱਟ ਸ਼ਮਸ਼ਾਨ ਘਾਟ ਹੋਏਗੀਆਂ ਜਿੱਥੇ ਇਹੋ ਜਿਹੀ ਸੁਵਿਧਾ ਹੋਏਗੀ, ਜਿੱਥੇ 2 AC ਵੀ ਲੱਗੇ ਪਏ ਹੈ, LCD ਲੱਗੀ ਪਈ ਹੈ, ਤੁਸੀਂ ਦੇਖ ਰਹੇ ਹੋ ਜਿਹੜੇ ਕਿ AC ਲੱਗੇ ਹੋਏ ਹੈ, LCD ਲੱਗੀ ਪਈ ਹੈ, ਕੁਰਸੀਆਂ ਲੱਗੀਆਂ ਪਈਆਂ, ਅਤੇ ਜਿਹੜੇ ਸਾਰੀ ਇਸ ਨੂੰ ਦੇਖ ਰੇਖ ਕਰਦੇ ਨੇ, ਜਿਹੜੀ ਟਰੱਸਟ ਹੈਗੀ ਆ ਉਹਨਾਂ ਦੇ ਸਾਡੇ ਨਾਲ ਨੇ, ਉਪ ਚੇਅਰਮੈਨ ਵੀ ਨੇ ਕੁੰਦਨ ਗੋਗੀਆ ਜੀ, ਅਸੀਂ ਉਹਨਾਂ ਨਾਲ, ਗੋਗੀਆ ਸਾਹਿਬ। ਦੂਰ ਤੋਂ ਜਦੋਂ ਬੰਦਾ ਆਉਂਦਾ ਤਾਂ ਇਵੇਂ ਲੱਗਦਾ ਕਿ ਜਿਵੇਂ ਅਸੀਂ ਇਸ ਕਮਰੇ ਦੇ ਵਿੱਚ ਵੜ ਕੇ ਦੇਖਦੇ ਹਾਂ ਵੀ ਇਹ ਸ਼ਮਸ਼ਾਨ ਘਾਟ ਨਹੀਂ, ਕਿਵੇਂ ਰੈਸਟੋਰੈਂਟ ਹੈ। ਇਹ ਕਿਵੇਂ ਆਇਆ ਤੁਹਾਡੀ ਕਮੇਟੀ ਦੇ ਮਨ ਦੇ ਵਿੱਚ ਇੰਨਾ ਵਧੀਆ ਕਮਰਾ ਤਿਆਰ ਕਰਨ ਦੀ, ਔਰ ਗ੍ਰੀਨਰੀ ਤੁਹਾਡੀ ਜਿਹੜੀ ਮੜੀਆਂ ਦੀ, ਇਸ ਤੁਹਾਨੂੰ ਤੁਰਦੇ ਤੁਰਦੇ ਮਾੜਾ ਜਿਹਾ ਦੱਸੋ ਤੁਹਾਨੂੰ ਸਾਰੀ ਇਸ ਬਾਰੇ। ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਨ ਏਅਰ ਦਾ, ਤੁਸੀਂ ਅੱਜ ਇਹਨੂੰ ਕਵਰ ਕਰ ਰਹੇ ਹੋ। ਅਤੇ ਦੇਖੋ ਸਾਡੀ ਜਿਹੜੀ ਸਭਾ ਹੈਗੀ ਉਹ ਕਹਿੰਦੀ ਹੈ ਇਹ ਸਭ ਤੋਂ ਵੱਡਾ ਘਰ ਹੈ, ਲਾਸਟ ਘਰ ਇਹੀ ਆ ਸਾਰਿਆਂ ਦਾ, ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਜਿੰਨੀ ਕੁ ਫੈਸਿਲਿਟੀ ਦੇ ਸਕਦੇ ਹਾਂ, ਕਿਉਂਕਿ ਗਰਮੀਆਂ ਦੇ ਦਿਨ ਹੈ ਹੁਣ, ਸਰਦੀਆਂ 'ਚ ਵੀ ਬੰਦੇ ਵੇਟਿੰਗ ਰੂਮ 'ਚ ਵਾਸਤੇ ਬਾਹਰ ਵੇਟ ਕਰਦੇ ਹੁੰਦੇ ਹੈ। ਤਾਂ ਸਭਾ ਨੇ ਇੱਕ ਡਿਸੀਜਨ ਲਿਆ ਵੀ ਗਰਮੀਆਂ ਦੇ ਦਿਹਾੜੇ ਦੇ ਵਿੱਚ ਲੋਕ ਬਾਹਰ ਖੜ੍ਹੇ ਰਹਿੰਦੇ ਹੈ, ਗਰਮੀ ਬਹੁਤ ਪੈ ਰਹੀ ਹੁੰਦੀ ਹੈ, 42-43-44 ਡਿਗਰੀ ਤੱਕ ਟੈਂਪਰੇਚਰ ਜਾਂਦਾ। ਅਸੀਂ ਮੈਨੇਜਮੈਂਟ ਨੇ ਸਲਾਹ ਕਰੀ, ਬਾਲਕ੍ਰਿਸ਼ਨ ਸਿੰਗਲਾ ਜੀ ਸਾਡੇ ਪ੍ਰਧਾਨ ਹੈ, ਉਹਨਾਂ ਨੇ ਉਪਰਾਲਾ ਕਰਿਆ, ਸਾਡੇ ਵਰਗਿਆਂ ਦੀ ਡਿਊਟੀਆਂ ਲਾਈਆਂ ਵੀ ਇਹਨੂੰ ਵੇਟਿੰਗ ਰੂਮ, AC ਵੇਟਿੰਗ ਰੂਮ ਬਣਾਓ, ਇਹ ਹੋਟਲ ਨਹੀਂ ਹੈ। ਜੋਸ਼ ਸਾਹਿਬ ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਹੈ, ਲੁੱਕ ਹੋਟਲ ਵਰਗੀ ਲੱਗਦੀ ਹੈ ਨਾ, ਵੀ ਹਰ ਇੱਕ ਬੰਦਾ ਕਹੇ, ਕਿਉਂਕਿ ਇਹ ਜੀ ਦੇਖੋ ਬਹੁਤ ਸਫਾਈ ਹੈ, AC ਲੱਗਿਆ ਹੋਇਆ। ਮੈਂ ਉਸ ਚੀਜ਼ ਤੋਂ ਕਹਿ ਰਹੀ ਸੀ ਵੀ ਜਿਹੜੇ ਸਾਡੇ ਦਰਸ਼ਕ ਵੀ ਦੇਖਣਗੇ ਉਹ ਕਹਿੰਗੇ ਪਤਾ ਕਿਸੇ ਹੋਟਲ ਦੀ, ਪਰ ਇਹ ਤੁਸੀਂ ਦੱਸ ਰਹੇ ਹੋ ਵੀ, ਕਿਉਂਕਿ ਬਿਲਕੁਲ ਗੱਲ ਠੀਕ ਆ, ਦੂਰ ਦੂਰ ਤੋਂ ਆਉਂਦੇ ਹਾਂ, ਕਿਉਂਕਿ ਇਹ ਉਹ ਘਰ ਹੈ ਜਿੱਥੇ ਆ ਕੇ ਬੰਦੇ ਦੇ ਸਾਹ ਖਤਮ ਹੋ ਜਾਂਦੇ ਆ, ਉਰੋਂ ਆ ਕੇ ਉਹ ਬੰਦੇ ਆਪਣੇ ਪਰਿਵਾਰਕ ਬੰਦੇ ਨੂੰ ਛੱਡ ਜਾਂਦੇ ਆ। ਪਰ ਜਿਹੜੀ ਪਟਿਆਲੇ ਦੀਆਂ ਸ਼ਮਸ਼ਾਨ ਘਾਟ ਹੈ, ਇਹ ਜਦੋਂ ਤੁਸੀਂ ਗ੍ਰੀਨਰੀ ਬਾਰੇ ਵੀ ਦੱਸੋ, ਤੁਸੀਂ ਕਿਵੇਂ ਕਿਵੇਂ ਦੇ ਜਿਹੜੇ ਉਰੇ ਪੌਦੇ ਹੈ ਔਰ ਕਿਵੇਂ ਤੁਹਾਡਾ ਇਹ ਚੱਲ ਰਿਹਾ? ਦੇਖੋ ਵੇਟਿੰਗ ਰੂਮ ਤਾਂ ਅਸੀਂ ਬਹੁਤ ਵਧੀਆ ਬਣਾਇਆ, ਕਿਉਂਕਿ ਲੋਕ ਬਾਹਰ ਖੜ੍ਹਦੇ ਸੀਗੇ ਧੁੱਪ 'ਚ, ਤਾਂ ਸਾਨੂੰ ਲੱਗਿਆ ਵੀ ਲੋਕਾਂ ਦੀ ਜ਼ਰੂਰਤ ਹੈ, ਔਰ ਸਭਾ ਇੱਕ ਇਹੋ ਜਿਹੀ ਹੈ ਕਿਉਂਕਿ ਵੀਰ ਜੀ ਦੇ ਨਾਮ 'ਤੇ ਮੜੀਆਂ ਹੈ। ਵੀਰ ਜੀ ਆਪ ਬੜੇ ਸੋਸ਼ਲ ਵਰਕਰ ਸੀਗੇ, ਉਹਨਾਂ ਦੀ ਬਦੌਲਤ ਉਹਨਾਂ ਦੀ ਦੇਣ ਹੈ, ਜਿਹੜਾ ਕੁਛ ਵੀ ਅਸੀਂ ਕਰਦੇ ਹਾਂ ਉਹ ਸਾਡੇ ਅੰਬੈਸਡਰ ਸੀਗੇ, ਕਿਉਂਕਿ ਉਹ ਆਪ ਉਹ ਸੋਸ਼ਲ ਬੰਦੇ ਸੀਗੇ, ਤਾਂ ਸਾਨੂੰ ਜਿਹੜਾ ਜਿਹੜਾ ਟਾਈਮ ਟੂ ਟਾਈਮ ਜੋ ਵੀ ਸਾਨੂੰ ਕਮੀ ਪੇਸ਼ੀ ਲੱਗਦੀ ਹੈ ਉਹ ਅਸੀਂ ਪੂਰੀ ਕਰਦੇ ਹਾਂ, ਔਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ, ਔਰ ਲੋਕਾਂ ਦਾ ਵੀ ਪੂਰਾ ਸਹਿਯੋਗ ਰਹਿੰਦਾ।
ਡੋਨਰ ਕਰਨ ਵਾਲੇ ਡੋਨੇਸ਼ਨ ਦੇਣ ਵਾਲੇ ਵੀ ਬਹੁਤ ਆਉਂਦੇ ਆ ਔਰ ਸਭ ਲੋਕਾਂ ਦੇ ਮਿਲਜੁਲ ਕੇ ਹੀ ਇਹ ਕੰਮ ਜਿਹੜਾ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਆਪਣੀ, ਮਗਰ ਲੋਕਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਚੱਲ ਰਿਹਾ। ਆਓ ਤੁਹਾਨੂੰ ਅੱਗੇ ਵੀ ਦਿਖਾਉਂਦੇ ਹਾਂ ਅਸੀਂ, ਦੇਖੋ ਤੁਹਾਡੀ ਉਰੇ ਗੱਡੀਆਂ ਵੀ ਹੈਗੀਆਂ ਤੁਹਾਡੀਆਂ ਆਪਣੀ ਵੇਲੇ ਨਾ, ਜਾਂ ਹੋਰ ਵੀ ਚਲੋ ਪਟਿਆਲੇ ਦੀ ਵੀ ਵੱਖ ਵੱਖ ਸੰਸਥਾਵਾਂ ਨੇ ਹੈਗੀਆਂ, ਪਰ ਜਿਹੜੀ ਤੁਹਾਡੇ ਇਸਦੀ ਤੁਹਾਡਾ ਸਟਾਫ ਵੀ, ਕਿਉਂਕਿ ਉਰੇ ਪਹਿਲਾਂ ਇੱਕ ਹੋ ਗਿਆ ਜੀ, ਸਿੱਧੀ ਗੱਲ ਆ, ਪਹਿਲਾਂ ਇਹ ਕਹਿੰਦੇ ਸੀ ਵੀ ਮੜੀਆਂ ਦੇ ਵਿੱਚ ਨਾ ਕਹਿੰਦੇ ਜੀ ਅਮਲੀ ਬਹੁਤ ਬੈਠੇ ਰਹਿੰਦੇ ਦਿਨ ਦਿਹਾੜੇ, ਪਰ ਤੁਸੀਂ ਇੱਕ ਸਖਤੀ ਕੀਤੀ ਆ ਜਾਂ ਤੁਹਾਡੇ ਸਟਾਫ ਨੇ ਜਿਹੜਾ ਕਿ ਹੁਣ ਦੇਖੋ ਤੁਸੀਂ ਉਰੇ ਕੋਈ ਇਹੋ ਜਿਹਾ ਬੰਦਾ ਨਹੀਂ, ਇਹ ਕੀ ਕੈਮਰੇ ਲਗਾਏ ਆ ਜਾਂ ਕਿਵੇਂ ਹੋਇਆ ਮਤਲਬ? ਉਰੇ ਕੈਮਰੇ ਵੀ ਲੱਗੇ ਹੋਏ, ਬਾਕੀ ਸਟਾਫ 24 ਆਵਰ ਵਾਲਾ ਸਟਾਫ ਵੀ ਹੈਗਾ, ਚੌਕੀਦਾਰ ਵੀ ਹੈਗੇ, ਰਾਤ ਦੇ ਚੌਕੀਦਾਰ ਵੀ ਹੈਗੇ। ਜੋ ਕੁਝ ਪਹਿਲਾਂ ਚੱਲਦਾ ਸੀਗਾ, ਪਹਿਲਾਂ ਮਾਹੌਲ ਹੋਰ ਸੀਗਾ, ਹੁਣ ਦੁਨੀਆ ਉਰੇ ਆਉਂਦੀ ਹੈ, ਸਭ ਤੋਂ ਵੱਡੀਆਂ ਮੰਡੀਆਂ ਪਟਿਆਲੇ ਸ਼ਹਿਰ ਦੀਆਂ, ਤਾਂ ਇਸ 'ਚ ਅਸੀਂ ਲੋਕਾਂ ਦੀ ਫੈਸਿਲਿਟੀ ਨੂੰ ਦੇਖਦੇ ਹੋਏ, ਕਿਉਂਕਿ ਜਿਹੜੇ ਨਸ਼ੇ ਵਾਲੇ ਬੈਠੇ ਹੁੰਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਕਿਹੜਾ ਬੰਦਾ ਉਰੇ, ਤਾਂ ਦੁੱਖ ਵਾਲਾ ਬੰਦਾ ਆਉਂਦਾ, ਉਰੇ ਖੁਸ਼ੀ ਨਾਲ ਨਹੀਂ ਆਉਂਦਾ, ਤਾਂ ਉਹਨਾਂ ਨੂੰ ਅਸੀਂ ਕਈਆਂ ਨੂੰ ਰਿਕੁਐਸਟ ਕਰੀ, ਕਈਆਂ ਨੂੰ ਅਸੀਂ ਭਜਾਇਆ ਵੀ ਇਹ ਭਾਈ ਰੱਬ ਦਾ ਘਰ ਹੈ, ਸਮਝ ਲਓ ਵੀ ਪੂਜਾ ਕਰਨ ਵਾਲਾ ਘਰ ਹੈ, ਤੁਸੀਂ ਪੂਜਾ ਵਾਸਤੇ ਆਇਆ ਕਰੋ, ਇਹੋ ਜਿਹੇ ਵੀਰ ਜੀ ਸਾਨੂੰ ਇਹੋ ਜਿਹੀ ਜਿਹੜੀ ਸ਼ਖਸੀਅਤ ਸੀਗੇ ਉਹ ਸਾਨੂੰ ਇਹ ਇਹਨਾਂ ਚੀਜ਼ਾਂ ਤੋਂ ਦੂਰ ਰੱਖਦੇ ਸੀ ਵੀ ਨਸ਼ੇ ਪੱਤੇ ਤੋਂ ਦੂਰ ਰਹੋ, ਇਨਸਾਨੀਅਤ ਦੀ ਸੇਵਾ ਕਰੋ, ਤਾਂ ਉਸਨਾਂ ਦੇ ਉਪਰਾਲੇ ਕਰਕੇ ਅਸੀਂ ਵੀ ਜਿਵੇਂ ਉਹ ਸਾਨੂੰ ਗਾਈਡ ਕਰਕੇ ਗਏ ਹਾਂ, ਉਹ ਪੁਰਖਾਂ ਦੇ ਆਪਾਂ ਦੇਣ ਨਹੀਂ ਦੇ ਸਕਦੇ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ, ਮੇਰਾ ਸਟਾਫ, ਮੇਰੀ ਮੈਨੇਜਮੈਂਟ ਮੇਰੇ ਨਾਲ ਹੈ, ਜਿੰਨਾ ਵਧੀਆ ਕੰਮ ਹੋ ਸਕਦਾ ਸਾਡੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ। ਗ੍ਰੀਨਗੀ ਵੱਲੋਂ ਇਹ ਜਿਹੜੀ ਵੈਨ ਦੀ ਤੁਸੀਂ ਗੱਲ ਕਰ ਰਹੇ ਹੈ, ਸਾਡੀ ਜਿਹੜੀ ਵੈਨ ਹੈ ਫਰੀ ਸੇਵਾ ਹੈ, ਫਰੀਜਰ ਹੈ ਸਾਡਾ, ਫਰੀਜਰ ਦੀ ਫਰੀ ਸੇਵਾ ਹੈ, ਸਾਡਾ ਕੋਈ ਚਾਰਜਿੰਗ ਨਹੀਂ ਹੈਗੀ। ਅਸੀਂ ਸਭਾ ਵੱਲੋਂ ਇਹ ਵੈਨ ਜਿਹੜੀ ਹੈ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੱਥੇ ਮਰਜ਼ੀ ਬੰਦਾ ਲਿਜਾ ਸਕਦਾ, ਔਰ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ, ਕੋਈ ਕੌਮਟੀ ਕੋਈ ਕੈਟਾਗਰੀ ਨੂੰ ਕੋਈ ਮਨਾਹੀ ਨਹੀਂ, ਜਿਹੜਾ ਮਰਜ਼ੀ ਬੁੱਕ ਕਰਾਵੇ, ਗੱਡੀ ਅਵੇਲੇਬਲ ਹੋਣੀ ਚਾਹੀਦੀ ਹੈ, ਸਾਡੀ ਫਰੀ ਸੇਵਾ ਹੈ। ਬੂਟੇ ਆਪਣੇ ਕੋਲ ਕਿਹੜੇ ਕਿਹੜੇ, ਤੁਸੀਂ ਲੋਕਾਂ 'ਚ ਬੂਟੇ ਵੰਡਦੇ ਵੀ ਹੋ ਤੁਸੀਂ ਜੀ? ਸੀਜ਼ਨਲ ਬੂਟੇ ਜਿਵੇਂ ਤੁਲਸੀ ਦੇ, ਅਸੀਂ ਪਿਛਲੇ ਵਾਰੀ 5,000 ਬੂਟਾ ਵੰਡਿਆ, ਅਸੀਂ ਲੋਕਾਂ ਨੂੰ ਇਸ ਪਾਸੇ ਵੀ ਲੈ ਕੇ ਜਾ ਰਹੇ ਹਾਂ ਵੀ ਗ੍ਰੀਨਗੀ ਦਾ ਧਿਆਨ ਰੱਖਿਆ ਜਾਵੇ, ਨੇਚਰ ਨਾਲ ਕੋਈ ਖੇਡ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਤਾਂ ਸਾਡੇ ਕੋਲ ਇਹੋ ਜਿਹਾ ਘਰ ਹੈ, ਉਰੇ ਅਸੀਂ ਲੱਕੜ ਯੂਜ ਕਰਦੇ ਹਾਂ, ਤਾਂ ਅਸੀਂ ਲੋਕਾਂ ਨੂੰ ਅਵੇਅਰ ਵੀ ਕਰਦੇ ਹਾਂ ਵੀ ਆਪਣੇ ਜੋਗਾ ਦਰਖਤ, ਇੱਕ ਦਰਖਤ ਬੰਦੇ ਨੂੰ ਜ਼ਰੂਰ ਲਾਉਣਾ ਚਾਹੀਦਾ, ਸਾਡੇ ਵੱਲੋਂ ਕੋਸ਼ਿਸ਼ ਹੈ। ਬਾਕੀ ਆਉਣ ਵਾਲੀ ਜਨਰੇਸ਼ਨ ਬਹੁਤ ਅਵੇਅਰ ਹੈ ਔਰ ਇਹਨਾਂ ਚੀਜ਼ਾਂ ਦਾ ਉਹ ਧਿਆਨ ਵੀ ਰੱਖਦੀ ਹੈ, ਔਰ ਤੁਸੀਂ ਆਹ ਦੇਖੋ ਉਰੇ ਦਾ ਮਾਹੌਲ ਦੇਖੋ, ਕੋਈ ਬੰਦਾ ਤੁਹਾਨੂੰ ਇਹ ਨਹੀਂ ਕਹਿਦਾ ਵੀ ਅਸੀਂ ਕ੍ਰੀਮੇਸ਼ਨ ਗਰਾਊਂਡ 'ਚ ਹੈ, ਲੋਕ ਉਰੇ ਸੈਰ ਗਰਾ ਹੈ, ਸਵੇਰੇ ਲੋਕ ਆ ਕੇ ਉਰੇ ਸੈਰ ਕਰਦੇ ਹੈ, ਮੱਥਾ ਟੇਕਦੇ ਆ, ਮਹਾਂਕਾਲ ਦਾ ਦੁਆਰ ਹੈ, ਮਹਾਂਕਾਲ ਦੇ ਇਸ ਤੋਂ ਵੱਡਾ ਤਾਂ ਮੰਦਰ ਗੁਰਦੁਆਰਾ ਹੋ ਨਹੀਂ ਸਕਦਾ, ਅਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਵੀ ਜ਼ਰੂਰ ਆਇਆ ਕਰੋ, ਥੋੜ੍ਹਾ ਜਿਹਾ ਗਾਈਡ ਵੀ ਕਰਿਆ ਕਰੋ, ਕਈ ਚੀਜ਼ਾਂ ਅਸੀਂ ਵੀ ਭੁੱਲ ਜਾਂਦੇ ਹਾਂ, ਤਾਂ ਮੈਂ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੁਛ ਚੱਲ ਰਿਹਾ, ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਬਾਕੀ ਆਓ ਤੁਹਾਨੂੰ ਨਰਸਰੀ ਵੀ ਦਿਖਾਉਂਦੇ ਹਾਂ, ਇਹ ਸਾਡੇ ਨਰਸਰੀ ਦੇ ਲੱਗਿਆ ਸਾਡਾ ਪੋਸਟਰ ਲੱਗਿਆ, ਅਤੇ ਅਸੀਂ ਲੋਕਾਂ ਨੂੰ ਨਰਸਰੀ 'ਚੋਂ ਪੌਦੇ ਦਿੰਦੇ ਵੀ ਹਾਂ, ਉਹ ਲੋਕਾਂ ਨੂੰ ਗਾਈਡ ਵੀ ਕਰਦੇ ਹਾਂ ਵੀ ਤੁਸੀਂ ਵੀ ਬੂਟਾ ਜ਼ਰੂਰ ਲਾਓ ਘਰੇ, ਜਿੰਨੀ ਗ੍ਰੀਨਗੀ ਹੋਏਗੀ, ਇੱਕ ਤਾਂ ਜਿਹੜਾ ਆਪਣਾ ਪੋਲਿਊਸ਼ਨ ਦਾ ਹੈ, ਪੋਲਿਊਸ਼ਨ ਤੋਂ ਵੀ ਸਾਨੂੰ ਰਾਹਤ ਮਿਲੇਗੀ, ਔਰ ਜਿਹੜਾ ਮਾਹੌਲ ਹੈ ਵਧੀਆ ਮਾਹੌਲ ਹੋਏਗਾ, ਕਿਉਂਕਿ ਕਈ ਬੂਟੇ ਆਕਸੀਜਨ ਦਿੰਦੇ ਆਪਾਂ ਨੂੰ, ਅਤੇ ਆਪਾਂ ਨੂੰ ਜ਼ਰੂਰ ਬੂਟਿਆਂ ਕਨੀ ਧਿਆਨ ਕਰਨਾ ਚਾਹੀਦਾ। ਅਸੀਂ ਹੁਣ ਪਿਛਲੇ ਸਾਲ ਤੋਂ ਅਸੀਂ ਇੱਕ ਨਰਸਰੀ ਸਟਾਰਟ ਕਰੀ ਆਪਣੀ, ਅਸੀਂ ਨਰਸਰੀ ਉਰੇ ਲੋਕਾਂ ਨੂੰ ਬੂਟੇ ਵਗੈਰਾ ਅਸੀਂ ਦਿੰਦੇ ਹਾਂ, ਔਰ ਸਾਡੇ ਵੱਲੋਂ ਕੋਸ਼ਿਸ਼ ਰਹਿੰਦੀ ਹੈ ਵੀ ਇਹਨੂੰ ਬੈਟਰਮੈਂਟ ਵਾਸਤੇ ਜਾਈਏ। ਜਿਵੇਂ ਕਿ ਤੁਸੀਂ ਦੇਖੋ ਗੋਗੇ ਸਾਹਿਬ ਵੀ ਕੇ ਵੀ ਤੁਹਾਡੇ ਕੋਲ ਸ਼ਮਸ਼ਾਨ ਘਾਟ ਹੈ, ਕਿ ਘਲੋੜੀ ਗੇਟ ਦੀ ਉੱਧਰ ਵੀ ਤੁਸੀਂ ਡਿਵੈਲਪਮੈਂਟ ਕਰਾ ਰਹੇ ਹੋ,
ਤੁਸੀਂ ਕਰਦਾ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਬਿਲਕੁਲ ਤੁਸੀਂ ਇਹ ਤੁਹਾਡੀ ਅਗਵਾਈ ਲਾ ਲਓ ਜਾਂ ਤੁਹਾਡੀ ਮੈਨੇਜਮੈਂਟ ਦੀ ਲਾ ਲਓ, ਤੁਹਾਡਾ ਸਟਾਫ ਲਾ ਲਓ, ਕਿਉਂਕਿ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਜੇ ਸਟਾਫ ਹੋਏਗਾ, ਮੈਨੇਜਮੈਂਟ ਹੋਏਗੀ, ਸਾਥ ਹੋਏਗਾ ਤਾਂ ਹੀ ਆ। ਪਰ ਤੁਸੀਂ ਇੰਨਾ ਸਮਾਂ ਕੱਢਦੇ ਹੋ, ਇਹ ਕੀ ਮਤਲਬ ਤੁਹਾਡੇ ਦਿਲ 'ਚ ਸ਼ੁਰੂ ਤੋਂ ਹੀ ਹੈ ਵੀ ਸਿਆਸਤ ਆਪਣੀ ਥਾਂ 'ਤੇ, ਸਮਾਜ ਸੇਵੀ ਕੰਮ ਆਪਣੀ ਥਾਂ 'ਤੇ, ਪਰ ਇਹ ਜਿਹੜਾ ਕੰਮ ਹੈ, ਕਹਿੰਦੇ ਇਹ ਕੰਮ ਦੀ ਦੇਣ ਕਿਧਰੇ, ਉਹ ਪਰਮਾਤਮਾ ਕੋਲ ਸਿੱਧੀ ਲਿਖੀ ਜਾਂਦੀ ਹੈ। ਵੈਸੇ ਕੋਈ ਅੱਜ ਤੱਕ, ਕਿਉਂਕਿ ਸਾਨੂੰ ਜੇ ਕੋਈ ਚੀਜ਼ ਚੰਗੀ ਲੱਗੀ ਅਸੀਂ ਤਾਂ ਹੀ ਤੁਹਾਡੇ ਕੋਲ ਆਏ ਹਾਂ, ਨਹੀਂ ਸਾਰਾ ਸ਼ਹਿਰ ਦੇਖੋ ਉਹਦੇ ਹਰ ਇੱਕ ਕੋਈ ਆਉਂਦਾ। ਇਹ ਮਤਲਬ ਤੁਹਾਡੇ ਮਨ 'ਚ ਕਿਵੇਂ ਆਇਆ ਜੀ ਸਟਾਰਟਿੰਗ ਤੋਂ ਜੀ? ਦੇਖੋ ਜੋ ਸਾਹਿਬ, ਕਰਾਉਣ ਵਾਲਾ ਤਾਂ ਪਰਮਾਤਮਾ ਹੈ, ਨਹੀਂ ਕਿਸੇ ਕੋਲ ਕੋਈ ਟਾਈਮ ਨਹੀਂ, ਕੋਈ ਵੀ ਕਿਸੇ ਕੋਲ ਵੀ ਟਾਈਮ ਨਹੀਂ ਹੈ। ਸੋਸ਼ਲ ਕੰਮ ਕਰਨਾ, ਮੈਂ ਕਹਿੰਦਾ ਬਹੁਤ ਵਧੀਆ ਸੰਸਥਾਵਾਂ ਚੱਲਦੀਆਂ ਸੋਸ਼ਲ, ਮੜੀਆਂ ਦੀ ਸੇਵਾ ਕਰਕੇ ਨਜ਼ਾਰਾ ਹੀ ਕੁਛ ਹੋ ਰਿਹਾ ਭਾਜੀ, ਜਦਕਿ ਲੋਕ ਉਰੇ ਆਉਣ ਤੋਂ ਡਰਦੇ ਹੈ। ਔਰ ਮੈਂ ਨਾ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੈ, ਮੇਰੀ ਡਿਊਟੀ ਉਹ ਇਹੋ ਜਿਹੀ ਜਗ੍ਹਾ 'ਤੇ ਲਈ ਹੈ ਜਿੱਥੇ ਕੋਈ ਲਾਉਂਦਾ ਨਹੀਂ, ਜਿੱਥੇ ਕੋਈ ਡਿਊਟੀ ਲਵਾ ਕੇ ਰਾਜੀ ਨਹੀਂ। ਮੈਂ ਕਹਿੰਦਾ ਯਾਰ ਮੈਨੂੰ ਬਹੁਤ ਅੱਛਾ ਲੱਗਦਾ, ਮੈਨੂੰ ਉਰੇ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਕਰਤਾ ਧਰਤਾ ਪਰਮਾਤਮਾ, ਬੰਦਾ ਆਪ ਕੋਈ ਕੁਛ ਨਹੀਂ ਕਰ ਸਕਦਾ। ਅਤੇ ਮੈਂ ਧੰਨਵਾਦੀਆਂ ਲੋਕਾਂ ਦਾ ਵੀ ਧੰਨਵਾਦੀਆਂ, ਜਿਹੜੇ ਲੋਕ ਮੈਨੂੰ ਉਰੇ ਪਿਆਰ ਦਿੰਦੇ ਵੀ ਗੋਗੇ ਜੀ ਵਧੀਆ ਕੰਮ ਕਰ ਰਹੇ ਹੈ। ਕਰਾਉਣ ਵਾਲਾ ਪਰਮਾਤਮਾ, ਮੈਂ ਤਾਂ ਇੱਕ ਸੇਵਾਦਾਰ ਹੈ, ਆਪਾਂ ਤਾਂ ਆਪਣੇ ਵੱਲੋਂ ਸੇਵਾ ਕਰਨ ਵਾਸਤੇ ਤਤਪਰ ਰਹਿੰਦੇ ਹਾਂ। ਕਦੀ ਕੋਈ ਬੂਟੇ, ਇਹ ਨਰਸਰੀ ਤੁਸੀਂ ਆਪਦੀ ਬਣਾਈ ਵੀ ਹੈ, ਮੈਂ ਕੈਮਰਾਮੈਨ ਦੁਕਾਨਗਾ ਦਿਖਾ ਦਊਂ। ਇਹ ਇਸ ਸ਼ਮਸ਼ਾਨ ਘਾਟ ਦੇ ਵਿੱਚ, ਕਿਉਂਕਿ ਜਿਹੜੇ ਇਹਨਾਂ ਦੇ ਵੱਲੋਂ ਗਰੀਨਰੀ ਉਰੇ ਕੀਤੀ ਵੀ ਹੈ, ਬਕਾਇਦਾ ਬੂਟੇ ਆ ਗੈਂਦੇ ਦੇ ਆ, ਜਾਂ ਜਿਹੜੇ ਲੋਕਾਂ ਨੂੰ ਇਹ ਘਰਾਂ 'ਚ ਅਸੀਂ ਅੰਦਰ ਵੀ ਸੁੰਦ ਕਰਦੇ ਹਾਂ, ਇਹ ਸਾਰੇ ਜਿਹੜੇ ਘਰ ਦੇ ਉਰੇ ਲਗਾਉਣ ਲਈ ਆ ਜਾਂ ਲੋਕਾਂ ਨੂੰ ਵੀ ਤੁਸੀਂ ਦੇ ਦਿੰਦੇ? ਲੋਕਾਂ ਨੂੰ ਵੀ, ਇਹ ਸਾਡੇ ਇੱਥੇ ਬਾਹਰ ਫਲੈਕਸ ਲੱਗੀ ਹੋਈ ਹੈ, ਕਿਸੇ ਨੂੰ ਘਰ ਵਾਸਤੇ ਬੂਟੇ ਚਾਹੀਦੇ ਹੈ ਤਾਂ ਉਹ ਵੀ ਅਸੀਂ ਸੇਵਾ ਸਮਝ ਕੇ ਇਸ ਨੂੰ ਵੀ ਕਰ ਰਹੇ ਹਾਂ। ਔਰ ਲੋਕਾਂ ਦਾ ਵੀ ਭਰਵਾਂ ਹੁੰਗਾਰਾ, ਅਸੀਂ ਇੱਕ ਡੋਨੇਸ਼ਨ ਬੋਕਸ ਲਾਇਆ ਹੈ, ਅਸੀਂ ਬਾਹਰ ਲਿਖਿਆ ਵੀ ਫ੍ਰੀ ਸੇਵਾ, ਜੇ ਕਿਸੇ ਦੀ ਇੱਛਾ ਕਰਦੀ ਵੀ ਹੈ ਤਾਂ ਅਗਲੇ ਨੂੰ ਕਹੀਦਾ ਵੀ ਅਸੀਂ ਡੋਨੇਸ਼ਨ ਬੋਕਸ ਪਾ ਦਿਓ, ਅਸੀਂ ਤੁਹਾਡਾ ਦਿਲ ਇੱਛਾ, ਜੋ ਤੁਹਾਡੀ ਇੱਛਾ ਹੋਵੇ। ਕੋਈ ਸਾਡਾ ਰੇਟ ਉਰੇ ਫਿਕਸ ਨਹੀਂ ਹੈਗਾ, ਕੋਈ ਅਸੀਂ ਰੇਟ ਵਾਸਤੇ ਕੋਈ ਤੁਸੀਂ ਦੇਖ ਸਕਦੇ ਕੋਈ ਕਿਹੜੇ ਬੂਟੇ ਆ ਜੀ, ਕੁਛ ਦੱਸ ਸਕਦੇ ਹੋ? ਇੱਕ ਇਸ ਗੇਂਦਾ ਹੈ, ਗੁਲਾਬ ਹੈ, ਮਾਲੀ ਜੀ ਇਹ ਬੂਟੇ ਤੁਸੀਂ ਦੇਖ ਰਹੇ ਹੋ ਜਿਹੜੇ ਉੱਚ ਲੱਗੇ ਪਏ ਹੈਗੇ, ਕਿਉਂਕਿ ਇਹ ਲੋਕਾਂ ਨੂੰ ਵੀ ਦਿੰਦੇ ਆ, ਉਰੇ ਆਪ ਵੀ ਲਗਾਉਂਦੇ ਹੋ, ਕਿਉਂਕਿ ਇਹ ਜਿਹੜੀ ਮੈਨੂੰ ਲੱਗਦਾ ਪਟਿਆਲੇ ਦੇ ਵਿੱਚ ਇੱਕ ਪਹਿਲੀ ਮੈਨੂੰ ਲੱਗਦਾ ਗੋਗੀ ਹੈ ਜੀ, ਤੁਹਾਡੀ ਸ਼ਮਸ਼ਾਨਗੜ ਪਹਿਲੀ ਹੈਗੀ ਜਿਹੜੀ ਬੂਟਿਆਂ ਦਾ ਹੈਗੀ ਹੈ, ਜਾਂ ਹੋਰ ਵੀ ਅਜੇ ਤੱਕ ਕੋਈ ਹੈਗੀ ਹੈ? ਮੈਨੂੰ ਤਾਂ ਜਿੰਨੀ ਤੱਕ ਮੈਨੂੰ ਲੱਗਦਾ ਪਹਿਲੀ ਹੈ, ਮੇਰੇ ਖਿਆਲ ਤਾਂ ਨਹੀਂ ਹੈ, ਮੈਨੂੰ ਲੱਗਦਾ ਬਾਕੀ ਪਤਾ ਨਹੀਂ ਕੋਈ ਪ੍ਰਮਾਣ ਕਿੰਨੇ ਕੌਣ ਤੱਕ ਵੰਡ ਚੁੱਕੇ ਜੀ ਤੁਸੀਂ? ਅਸੀਂ ਮੇਰੇ ਖਿਆਲ ਹਜ਼ਾਰਾਂ ਦੀ ਤਾਦਾਦ 'ਚ ਟਾਈਮ ਟੂ ਟਾਈਮ ਅਸੀਂ ਬੂਟੇ ਵੰਡਦੇ ਰਹਿੰਦੇ ਹਾਂ। ਬਾਕੀ ਮੇਰੇ ਸਾਡੇ ਹੈੱਡ ਮਾਲੀ ਜੀ ਹੈ ਰਮੇਸ਼ ਜੀ, ਇਹ ਜੋਸ਼ਫ ਤੁਹਾਨੂੰ ਇਹ ਵੀ ਦੱਸਣਗੇ ਕੁਛ ਥੋੜ੍ਹਾ ਬਹੁਤਾ। ਹਾਂਜੀ ਮਾਲੀ ਜੀ, ਆਪ ਤੋਂ ਕੰਮ ਕਰਦੇ ਹੋ, ਪਹਿਲੇ ਤਾਂ ਪਰਮਾਤਮਾ ਕੀ ਤਰਫ ਸੇ ਆਪਕੀ ਡਿਊਟੀਆਂ ਲਗਾਈ ਹੋਈ ਹੈ ਨਾ, ਜਹਾਂ ਪਰ ਵੀ ਉਹ ਹੈ, ਕਿਸ ਕਿਸ ਤਰ੍ਹਾਂ ਕੇ ਯਹਾਂ ਪਰ ਪੌਦੇ ਔਰ ਕੌਣ ਕੌਣ ਸੇ ਯਹਾਂ ਪਰ ਲਗਾਏ ਹੋਏ ਹੈ? ਪੱਕੇ ਬੂਟੇ ਲਗਾਏ ਹੋਏ ਹੈ ਜੋ ਯਹਾਂ ਪੇ ਤਿਆਰ ਕੀਏ ਜਾਤੇ ਹੈ। ਹਾਂਜੀ ਆਪ ਤਿਆਰ ਕਰਤੇ, ਮਤਲਬ ਇਹ ਜੋ ਕਈ ਲੋਕ ਵੀ ਲੈ ਕੇ ਜਾਤੇ ਹੈ? ਲੋਕ ਵੀ ਲੈ ਕੇ ਜਾਤੇ ਹੈ, ਹਮੀ ਤਿਆਰ ਕਰਤੇ ਹੈ। ਆਪਕੇ ਯਹਾਂ ਪਰ ਜੋ ਪੌਦੇ ਲਗੇ ਹੋਏ ਹੈ, ਇਹ ਕੋਈ ਆਕਸੀਜਨ ਵਾਲੇ ਵੀ ਹੈ? ਕੈਸੇ ਕੈਸੇ ਲਗੇ ਹੋਏ ਹੈ ਜੋ? ਸਾਰੇ ਆਕਸੀਜਨ ਵਾਲੇ ਹੋਤੇ ਹੈ ਪੌਦੇ ਤੋਂ। ਲੋਕ ਜ਼ਿਆਦਾਤਰ ਲੈ ਕੇ ਜਾਤੇ ਹੈ? ਲੈ ਕੇ ਜਾਤੇ ਹੈ ਜੀ, ਜੈਸੇ ਅਮਲਤਾਜ ਹੁਆ, ਕਚਨਾਰ ਹੁਆ, ਇਹ ਸਭ ਆਕਸੀਜਨ ਕੇ ਹੀ ਹੈ, ਇਹ ਲੈ ਕੇ ਜਾਤੇ ਹੈ, ਪੀਪਲ ਵੀ ਲੈ ਕੇ ਜਾਤੇ ਹੈ। ਹਾਂਜੀ ਕਿੰਨੇ ਬੰਦੇ ਆਪਕੇ ਸਾਥ ਹੈ, ਆਪ ਅਕੇਲੀ ਹੋ? ਨਾ ਪੌਦੋ ਪੇ ਨਰਸਰੀ ਮੈਂ ਤਾਂ ਮੈਂ ਇੱਕ ਹੀ ਹੂੰ, ਅਕੇਲੇ ਹੀ ਹੂੰ ਮੈਂ। ਹਾਂਜੀ ਕੰਮ ਕਰਤੇ ਹੋਏ ਮੁਝੇ ਸਾਲ ਹੋ ਰਿਹਾ ਹੈ। ਸੋ ਬਿਲਕੁਲ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਜਿਹੜੀਆਂ ਕੀ ਹੈਗੀਆਂ। ਗੋਗੀ ਸਾਹਿਬ, ਇਹ ਹੋ ਗਈ ਤੁਹਾਡੀ ਗਰੀਨਰੀ ਵਾਲੀ, ਅਤੇ ਇੱਕ ਜਿਹੜੇ ਲਵਾਰਿਸ, ਜਿਵੇਂ ਕਿਸੇ ਦੀ ਡੈਥ ਹੋ ਗਈ ਉਹਦੇ ਫੁੱਲ ਫਲ, ਉਹਦਾ ਤੁਸੀਂ ਵੱਖਰਾ ਬਣਾਇਆ ਹੁੰਦਾ ਜੀ ਉਰੇ, ਜੇ ਕਿਸੇ ਦੇ ਫੁੱਲ ਰਹਿ ਗਏ ਜਾਂ ਕੋਈ? ਅਸੀਂ ਟਾਈਮ ਟੂ ਟਾਈਮ, ਮਹੀਨਾ, ਦੋ ਮਹੀਨੇ, ਤਿੰਨ ਮਹੀਨੇ, ਚਾਰ ਮਹੀਨੇ ਬਾਅਦ ਅਸੀਂ ਜਿਹੜੇ ਲਵਾਰਿਸਾਂ ਦੇ ਫੁੱਲ ਹੁੰਦੇ ਹੈ
ਉਹ ਅਸੀਂ ਆਪਣੀ ਗੱਡੀ ਹਾਇਰ ਕਰਕੇ ਆਪਣਾ ਕੋਈ ਨਾ ਕੋਈ ਬੰਦਾ ਜਾਂਦਾ ਸਾਡਾ, ਅਸੀਂ ਪੂਰੇ ਰੀਤੀ ਰਿਵਾਜ਼ ਦੇ ਨਾਲ ਜੋ ਵੀ ਸਿਸਟਮ ਹੈਗਾ ਅਸੀਂ ਉੱਥੇ ਜਾ ਕੇ ਪੰਡਿਤ ਨੂੰ ਕਰਕੇ ਅਤੇ ਉਹਨਾਂ ਦੇ ਜਲ ਪ੍ਰਵਾਹ ਕਰਦੇ ਹਾਂ ਅਸੀਂ ਹਰਿਦੁਆਰ ਜਾ ਕੇ। ਸੋ ਬਿਲਕੁਲ, ਇਹ ਸੀ ਸਾਡੇ ਨਾਲ ਕੁੰਦਨ ਗੋਗੀਆ ਜੀ, ਜਿਨ੍ਹਾਂ ਨੇ ਪਟਿਆਲਾ ਦੀ ਇਹ ਜਿਹੜੀ ਸ਼ਮਸ਼ਾਨ ਘਾਟ ਹੈਗੀ ਹੈ ਇਸ ਬਾਰੇ ਦੱਸਿਆ ਕਿ ਉਰੇ ਜਿਹੜੇ ਪੌਦੇ ਹੈਗੇ ਹੈ ਜਾਂ ਉਰੇ ਆਕਸੀਜਨ ਦੇ ਕਿਵੇਂ ਵੀ ਹੈਗੇ ਆ, ਸਜਾਵਟ ਹੋ ਗਈ ਜਾਂ ਵੇਟਿੰਗ ਰੂਮ ਜਿਹੜਾ ਕਿ ਇਹਨਾਂ ਵੱਲੋਂ ਤਿਆਰ ਕਰਾਇਆ ਗਿਆ ਇਹਨਾਂ ਦੀ ਮੈਨੇਜਮੈਂਟ ਵੱਲੋਂ, ਇਹਨਾਂ ਦਾ ਇੱਕੋ ਹੀ ਕਹਿਣਾ ਕਿ ਅਸੀਂ ਉਰੇ ਜਿਹੜੇ ਕਿ ਕੋਈ ਵੀ ਵਿਅਕਤੀ ਆ ਕੇ ਜਿਸ ਮਰਜ਼ੀ ਟਾਈਮ ਸਾਡੀ ਸ਼ਮਸ਼ਾਨ ਘਾਟ 'ਚੋਂ ਪੌਦੇ ਲੈ ਕੇ ਜਾ ਸਕਦਾ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਵਾਤਾਵਰਨ ਹੈਗਾ ਲੋਕ ਪੇੜ ਕੱਟ ਰਹੇ ਆ, ਇਹਨਾਂ ਨੇ ਕਿਹਾ ਅਸੀਂ ਪੇੜ ਕਟਵਾਏ ਨੇ, ਉਰੇ ਉਰੇ ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋ ਕਿ ਬਹੁਤ ਹੀ ਤਾਦਾਦ ਦੇ ਵਿੱਚ ਪੌਦੇ ਲਗਾਏ ਗਏ ਨੇ ਔਰ ਇੱਕ ਇਹਦੀ ਵੱਖਰੀ ਜਿਹੜੀ ਉਰੇ ਸਫਾਈ ਹੈਗੀ ਆ, ਗ੍ਰੀਨਰੀ ਹੈਗੀ ਆ, ਇੱਕ ਵੱਖਰੀ ਪਛਾਣ ਹੈ ਇਹ ਪਟਿਆਲਾ ਦੀ ਜਿਹੜੀ ਵੀਰ ਜੀ ਦੀ ਸ਼ਮਸ਼ਾਨ ਘਾਟ ਹੈਗੀ ਆ। ਸੋ ਜਿਹੜੀਆਂ ਤਸਵੀਰਾਂ ਜਦੋਂ ਕੋਈ ਦੂਰ ਤੋਂ ਇਸ, ਕਿਉਂਕਿ ਉਰੇ ਦੁੱਖ ਦੇ ਵਿੱਚ ਹਰ ਇੱਕ ਆਉਂਦਾ, ਜਦੋਂ ਕੋਈ ਦੂਰ ਤੋਂ ਆਉਂਦਾ ਤਾਂ ਇਹਨਾਂ ਨੇ ਕਿਹਾ ਕਿ ਰੋਜ਼ਾਨਾ ਹੀ ਉਰੇ ਲੱਖਾਂ ਲੋਕ ਜਦੋਂ ਵੀ ਕੋਈ ਆਉਂਦਾ ਜਾਂ ਗਰਮੀ ਦੇ ਮੌਸਮ ਕਰਕੇ ਅਸੀਂ ਏਸੀ ਵੀ ਲਗਵਾਏ ਪਏ, ਵੇਟਿੰਗ ਰੂਮ ਬਣਾਇਆ ਪਿਆ, ਵਾਟਰ ਕੂਲਰ ਹੈ, ਪਾਣੀ ਦੀ ਥਾਂ ਥਾਂ 'ਤੇ ਉਰੇ ਸੁਵਿਧਾ ਹੈਗੀ ਹੈ, ਇਹੋ ਜਿਹੀਆਂ ਸੁਵਿਧਾ ਇਹ ਕਹਿ ਰਹੇ ਅਸੀਂ ਹੋਰ ਵੀ ਉਰੇ ਰੋਜ਼ਾਨਾ ਅਸੀਂ ਕੰਮ ਚਲਾਉਂਦੇ ਰਹਿੰਦੇ ਹਾਂ। ਔਰ ਜਿਹੜੇ ਉਹਨਾਂ ਦੇ ਉਰੇ ਦੇਖ ਰੇਖ ਕਰ ਰਹੇ ਨੇ ਕੁੰਦਨ ਗੋਗੀਆ ਜੀ, ਇਹ ਇੱਕ ਪਟਿਆਲੇ ਦੇ ਨਾਮੀ ਬੰਦੇ ਨੇ, ਸਭ ਇਹਨਾਂ ਨੂੰ ਜਾਣਦੇ ਨੇ ਔਰ ਇਹਨਾਂ ਦੀ ਇਹ ਸ਼ਮਸ਼ਾਨ ਘਾਟ ਤੋਂ ਬਾਅਦ ਇਹ ਹੁਣ ਘਲੋੜੀ ਗੇਟ ਦੇ ਵਿੱਚ ਵੀ ਉੱਥੇ ਡਿਵੈਲਪਮੈਂਟ ਕਰਾ ਰਹੇ ਨੇ। ਪਟਿਆਲਾ ਤੋਂ ਆਉਂਦੇ ਦੇ ਨਾਲ ਚਰਨਜੀਤ ਜੋਸ਼ੀ ਦੀ ਵਿਸ਼ੇਸ਼ ਰਿਪੋਰਟ।